ਹੁਣ ਤੱਕ ਭਗਵੰਤ ਮਾਨ ਨੇ ਇਸ ਰਾਮ ਰਹੀਮ ਦੇ ਖਿਲਾਫ ਜਿਹੜਾ ਹੈਗਾ ਇਹਦੇ 'ਚ ਪਰਮਿਸ਼ਨ ਲੈਣੀ ਹੁੰਦੀ ਹੈ, ਸੈਂਕਸ਼ਨ ਲੈਣੀ ਹੁੰਦੀ ਆ, ਉਹ ਸੈਂਕਸ਼ਨ ਨਹੀਂ ਦਿੱਤੀ ਹੈਗੀ ਉਹਨਾਂ ਕੇਸਾਂ ਦੇ ਵਿੱਚ ਇਹਦੀ ਜਿਹੜੀ ਹੈਗੀ ਸੈਂਕਸ਼ਨ ਨਹੀਂ ਦਿੱਤੀ ਹਾਲੇ ਤੱਕ ਰਾਮ ਰਹੀਮ ਦੀ। ਫਿਰ ਤੁਸੀਂ ਲੋਕਾਂ ਸਿਆਸਤ ਹੈ ਜਿਹੜੀ ਰਾ ਇਹਦੇ ਉੱਤੇ ਬਰਗਾੜੀ 'ਤੇ ਔਰ ਬਹਿਬਲ ਕਲਾਂ ਦੇ ਉੱਤੇ ਕਰਕੇ ਜਿਹੜਾ ਹੈਗਾ ਇਹ ਸਰਕਾਰ ਦੇ ਵਿੱਚ ਆਏ ਔਰ ਉਸ ਦੇ ਉੱਤੇ ਰਿਜ਼ਲਟ ਦੱਸੋ ਕੀ ਹੋਏਗਾ। ਜਿਨ੍ਹਾਂ ਦੇ ਉੱਤੇ ਇਹ ਐਲੀਗੇਸ਼ਨ ਵੀ ਲੱਗੇ ਵੀ ਉਹਨਾਂ ਨੇ ਕਿੰਨਾ ਪੈਸਾ ਇਕੱਠਾ ਕਰਿਆ ਉੱਤੇ ਬੈਠ ਕੇ, ਉਹ ਲੋਕ ਵੀ ਅੱਜ ਜਿਹੜੇ ਹੈਗੇ ਆ ਉਹਨਾਂ ਦੇ ਮੂੰਹਾਂ ਦੇ ਵਿੱਚ ਕੀ ਮੈਂ ਪੁੱਛਾਂ ਕਿ ਤੰਦੂਆ ਲੱਗ ਗਿਆ। ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਅਖੰਡ ਪਾਠ ਅਖੰਡਿਤ ਕੀਤਾ ਗਿਆ ਔਰ ਉੱਥੇ ਜਿਹੜਾ ਹੈਗਾ ਗੋਲੀ ਚਲਾਈ ਗਈ। ਫਿਰ ਤੁਸੀਂ ਕਹਿ ਰਹੇ ਹੈਗੇ ਫਿਰ ਅੱਜ ਜ਼ਿੰਮੇਵਾਰੀ ਕਿਹਦੀ ਹੈਗੀ ਆ? ਸਿੱਧੂ ਮੂਸੇ ਵਾਲੇ ਨੂੰ ਵੀ ਲੈ ਕੇ ਹਜੇ ਤੱਕ ਵੀ ਇਨਸਾਫ ਨਹੀਂ ਮਿਲਿਆ, ਕਿਤੇ ਵੀ ਨਹੀਂ ਮਿਲਿਆ ਹੈਗਾ। ਜਿਹੜੇ ਕਾਨੂੰਨ ਨੂੰ ਜਿਹੜੇ ਲਾਅ ਦੇ ਤਹਿਤ ਤੁਸੀਂ ਫਿਰ ਸਾਡੀਆਂ ਜਿਹੜੀਆਂ ਐਗਜ਼ੀਕਿਊਟਿਵ ਏਜੰਸੀਆਂ ਹੈਗੀਆਂ ਉਹਨਾਂ ਦੇ ਇਹਦਾ ਮਤਲਬ ਪੱਲੇ ਕੀ ਹੋਇਆ? ਜਿਹੜੀਆਂ ਅੱਜ ਤੱਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਮਰਡਰ ਉਹ ਨਹੀਂ ਕੱਢ ਸਕੀਆਂ ਹੁਣ ਤੱਕ ਜਿਹੜਾ ਹੈਗਾ ਸਿੱਧੂ ਮੂਸੇ ਵਾਲਾ ਕਿਹਾ ਨੰਗਲਾਂਬੀਆਂ ਦਾ ਨਿਕਲ ਗਿਆ। ਸਿੱਧੂ ਮੂਸੇ ਵਾਲੇ ਨੂੰ ਵੀ ਲੈ ਕੇ ਹਜੇ ਤੱਕ ਵੀ ਇਨਸਾਫ ਨਹੀਂ ਮਿਲਿਆ, ਕਿਤੇ ਵੀ ਨਹੀਂ ਮਿਲਿਆ ਹੈਗਾ। ਜਿਹੜੇ ਕਾਨੂੰਨ ਨੂੰ ਜਿਹੜੇ ਲਾਅ ਦੇ ਤਹਿਤ ਤੁਸੀਂ ਫਿਰ ਸਾਡੀਆਂ ਜਿਹੜੀਆਂ ਐਗਜ਼ੀਕਿਊਟਿਵ ਏਜੰਸੀਆਂ ਹੈਗੀਆਂ ਉਹਨਾਂ ਦੇ ਇਹਦਾ ਮਤਲਬ ਪੱਲੇ ਕੀ ਹੋਇਆ? ਜਿਹੜੀਆਂ ਅੱਜ ਤੱਕ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਮਰਡਰ ਉਹ ਨਹੀਂ ਕੱਢ ਸਕੀਆਂ ਹੁਣ ਤੱਕ ਜਿਹੜਾ ਹੈਗਾ ਸਿੱਧੂ ਮੂਸੇ ਵਾਲਾ ਕਿਹਾ ਨੰਗਲਾਂਬੀਆਂ ਦਾ ਨਿਕਲ ਗਿਆ। ਉਹ ਇੱਥੇ ਮੁੰਡਾ ਕੀ ਡੈਥ ਹੋਈ ਸੀ ਉਹਦੀ, ਜਿਹੜਾ ਇਹਨਾਂ ਚੀਜ਼ਾਂ ਦੇ ਨਾਲ ਜੋੜਦੇ ਆ ਸਾਰਾ ਮੋਹਾਲੀ ਦੇ ਵਿੱਚ, ਉਹਦਾ ਕੀ ਬਣਿਆ ਕਿਸੇ ਦੇ ਵਿੱਚ ਹਾਲੇ ਤੱਕ? ਔਰ ਜਿਨ੍ਹਾਂ ਗੱਲਾਂ ਦੇ ਉੱਤੇ ਇਹਨਾਂ ਦੇ ਵੱਲੋਂ ਸਿਆਸਤ ਕੀਤੀ ਗਈ, ਸਭ ਤੋਂ ਵੱਡੀ ਸਿਆਸਤ ਕੀਤੀ ਗਈ, ਮੈਂ ਪੁੱਛਦਾ ਹਾਂ ਅੱਜ ਦੇ ਅਖਬਾਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਆਇਆ ਵਾ ਹੈਗਾ, ਹੁਣ ਤੱਕ ਭਗਵੰਤ ਮਾਨ ਨੇ ਇਸ ਰਾਮ ਰਹੀਮ ਦੇ ਖਿਲਾਫ ਜਿਹੜਾ ਹੈਗਾ ਇਹਦੇ 'ਚ ਪਰਮਿਸ਼ਨ ਲੈਣੀ ਹੁੰਦੀ ਹੈ, ਸੈਂਕਸ਼ਨ ਲੈਣੀ ਹੁੰਦੀ ਆ, ਉਹ ਸੈਂਕਸ਼ਨ ਨਹੀਂ ਦਿੱਤੀ ਹੈਗੀ ਹੈ ਟੂ ਪ੍ਰੋਸੀਕਿਊਟ। ਜਿੰਨੇ ਕੇਸ ਹੋਏ ਸੀ ਬਰਗਾੜੀ ਵਾਲਾ ਆਪਣਾ ਬਹਿਬਲ ਕਲਾਂ ਵਾਲਾ ਉਹਨਾਂ ਕੇਸਾਂ ਦੇ ਵਿੱਚ ਇਹਦੀ ਜਿਹੜੀ ਹੈਗੀ ਸੈਂਕਸ਼ਨ ਨਹੀਂ ਦਿੱਤੀ ਹਾਲੇ ਤੱਕ ਰਾਮ ਰਹੀਮ ਦੀ। ਫਿਰ ਤੁਸੀਂ ਲੋਕਾਂ ਔਰ ਸਭ ਤੋਂ ਵੱਧ ਜਿਹੜੀ ਹੈਗੀ ਆ ਉਹ ਸਿਆਸਤ ਹੈ ਜਿਹੜੀ ਰਾ ਇਹਦੇ ਉੱਤੇ ਬਰਗਾੜੀ 'ਤੇ ਔਰ ਬਹਿਬਲ ਕਲਾਂ ਦੇ ਉੱਤੇ ਕਰਕੇ ਜਿਹੜਾ ਹੈਗਾ ਇਹ ਸਰਕਾਰ ਦੇ ਵਿੱਚ ਆਏ ਔਰ ਉਸ ਦੇ ਉੱਤੇ ਰਿਜ਼ਲਟ ਦੱਸੋ ਕੀ ਹੋਏਗਾ। ਤੁਸੀਂ ਕਿੰਨੇ ਬੰਦਿਆਂ ਨੂੰ ਉਹਦੇ ਵਿੱਚ ਖਰਾਬ ਕੀਤਾ, ਕਿਉਂ ਨਹੀਂ ਚਲਾਣ ਪੇਸ਼ ਹੋ ਰਹੇ, ਕਿਉਂ ਨਹੀਂ ਉਹ ਕੇਸ ਜਿਹੜੇ ਹੈਗੇ ਅੱਗੇ ਚੱਲ ਰਹੇ? ਇਹਦਾ ਮਤਲਬ ਇਹ ਹੋ ਗਿਆ ਅੱਜ ਲੋਕ ਸਮਝਣ ਲੱਗ। ਮੇਰਾ ਇੱਥੇ ਇੱਕ ਨਾ ਕੁਐਸਚਨ ਸਿੱਖ ਜਥੇਬੰਦੀਆਂ ਨੂੰ ਵੀ ਹੈ, ਜਿਹੜੇ ਲੋਕ ਬਰਗਾੜੀ ਦੇ ਵਿੱਚ ਵੱਡੇ ਵੱਡੇ ਉਹ ਲਾਈ ਬੈਠੇ ਸੀ ਨਾ, ਜਿਨ੍ਹਾਂ ਦੇ ਉੱਤੇ ਇਹ ਐਲੀਗੇਸ਼ਨ ਵੀ ਲੱਗੇ ਵੀ ਉਹਨਾਂ ਨੇ ਕਿੰਨਾ ਪੈਸਾ ਇਕੱਠਾ ਕਰਿਆ ਉੱਤੇ ਬੈਠ ਕੇ, ਉਹ ਲੋਕ ਵੀ ਅੱਜ ਜਿਹੜੇ ਹੈਗੇ ਆ ਉਹਨਾਂ ਦੇ ਮੂੰਹਾਂ ਦੇ ਵਿੱਚ ਕੀ ਮੈਂ ਪੁੱਛਾਂ ਕਿ ਤੰਦੂਆ ਲੱਗ ਗਿਆ? ਕੀ ਉਹ ਜਿਹੜੇ ਹੈਗੇ ਆ ਨਪੁੰਸਕ ਹੋ ਗਏ ਕਿ ਉਹਨਾਂ ਨੇ ਅੱਜ ਆਵਾਜ਼ ਨਹੀਂ ਕੋਈ ਉਠਾ ਰਿਹਾ ਕਿਸੇ ਕਿਸਮ ਦਾ? ਔਰ ਤੁਸੀਂ ਦੇਖੋ ਦੂਸਰੇ ਪਾਸੇ ਆਪਣਾ ਸੁਲਤਾਨਪੁਰ ਲੋਧੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਮੇਂ ਦੇ ਉੱਤੇ ਸ਼ਰੇਆਮ ਜੁੱਤੀਆਂ ਪਾ ਕੇ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਹੋਏ ਔਰ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਹੈਗਾ ਅਖੰਡ ਪਾਠ ਅਖੰਡਿਤ ਕੀਤਾ ਗਿਆ ਔਰ ਉੱਥੇ ਜਿਹੜਾ ਹੈਗਾ ਗੋਲੀ ਚਲਾਈ ਗਈ। ਫਿਰ ਤੁਸੀਂ ਕਹਿ ਰਹੇ ਹੈਗੇ ਫਿਰ ਅੱਜ ਜ਼ਿੰਮੇਵਾਰੀ ਕਿਹਦੀ ਹੈਗੀ ਆ? ਕੀ ਭਗਵੰਤ ਮਾਨ ਜ਼ਿੰਮੇਵਾਰ ਹੈਗਾ? ਕਿਉਂਕਿ ਭਗਵੰਤ ਮਾਨ ਸੀ ਐਮ ਐ,
ਕਿਹਨੇ ਉੱਥੇ ਜਿਹੜਾ ਹੈਗਾ ਗੋਲੀ ਚਲਾਉਣ ਦੀ ਇਜਾਜ਼ਤ ਦਿੱਤੀ? ਫਿਰ ਫਿਰ ਤੁਸੀਂ ਦੋ ਧਾਰੀਆਂ ਤਲਵਾਰਾਂ ਚੱਕੀ ਫਿਰਦੇ ਹੈਗੇ ਆ, ਤੁਸੀਂ ਦੂਸਰੇ ਪਾਸੇ ਤਾਂ ਕਹਿੰਦੇ ਬਰਗਾੜੀ ਦੇ ਵਿੱਚ ਬੜੀ ਜੀ ਬੇਅਦਬੀ ਹੋਊਗੀ, ਦੂਏ ਪਾਸੇ ਹੁਣ ਸੁਲਤਾਨਪੁਰ ਲੋਧੀ ਦੀ ਵਾਰ ਨੂੰ ਸਾਰੇ ਮੂੰਹ ਬੰਦ ਹੋ ਗਏ। ਹੁਣ ਸਾਰੇ ਜਿਹੜੇ ਸਿੱਖ ਆਪਣੇ ਆਪ ਨੂੰ ਕਹਾਉਂਦੇ ਸੀ, ਜਿਹੜੇ ਬਰਗਾੜੀ ਦੇ ਵਿੱਚ ਮੋਰਚੇ ਲਾਈ ਬੈਠੇ ਸੀ, ਹੁਣ ਉਹਨਾਂ ਦੇ ਮੂੰਹ ਕਿਉਂ ਬੰਦ ਹੋਏ ਵੇ? ਅੱਜ ਕਿਤੇ ਨਾ ਕਿਤੇ ਸਿੱਖ ਕੌਮ ਵੀ ਮੈਨੂੰ ਲੱਗਦਾ ਤੀਲਾ ਤੀਲਾ ਹੋਈ ਫਿਰਦੀ ਹੈਗੀ ਆ, ਸਿੱਖ ਕੌਮ ਵੀ ਕਮਜ਼ੋਰ ਹੋਈ ਫਿਰਦੀ ਆ, ਇਹਨਾਂ ਦੇ ਲੀਡਰ ਕਮਜ਼ੋਰ ਹੋਏ ਫਿਰਦੇ ਹੈਗੇ ਆ। ਔਰ ਜਿਹੜੇ ਮੈਨੂੰ ਇਹ ਲੱਗਦਾ ਹੈਗਾ ਕਿ ਸਾਰੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੋਈ ਕਿਸੇ ਤਰ੍ਹਾਂ ਖਰੀਦਿਆ ਵਾ, ਕੋਈ ਕਿਸੇ ਤਰ੍ਹਾਂ ਖਰੀਦਿਆ ਵਾ, ਔਰ ਉਹ ਖੁਆਰ ਹੋ ਰਹੇ ਆ ਸਾਰੇ।